सत श्री अकाल जी सारू लो मित्रों घैंट ब्लॉग लैके आ गया थोड़े लिए तो अज्ज दिन की रात ब्लॉग की करती है शुरुआत तो धुप बड़ी वजिए लगी रा मीह पै पै के बुरा हाल तो अभी गड्डी चेक कर सकते की बनी है उत्ते भी मिट्टी थले भी मिट्टी गड्डी का पूरा होया पैन वीर जी चक लो कपड़ा गड्डी करो साफ फेरना ही पैना भी सेवा मेनू लगता मेनू ही करनी पैनी है इन्हों भी धोड़ो खड़े गड़े दो दो तू सिक्कू फड़न वैसे बैठा गंदे हो पे सारे मिट्टी उदन धोता कुड़ी अंदर ही लाया उदन का फिर भी गंदा हो जाता घट्टा पै पे चको बी करोना टाइम लग लेते मेरा टाइम लग लेते पैसे मिल लेंगे चल आ जा बई कपड़ा लेके छेती साफ करिए पहले इनू कुड़ी जो मिट्टी भी किन्नी मैनू लगता पानी मारना पैना पहला सुक्की मिट्टी होगी चल यार चाबी तो लै फिर मैं कर दंगा बस तू कुछ नहीं करन जोगा पुत घर वाली को खान ही जोगा हाए 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 कहते मुंडा पनीर खवाउंदा राती रिपोर्ट आप हाथ जा अपने लैबी मित्र मुंडे ने चमकाती ना गड्डी वेला मैं उही सोचन डा मेरे आंदे बस मैं गड्डी चमकी जावे बस मेरे आंदे नूं मैनूं हाथ लाउणा ना पै जाए किते हले भी साला घट्टा जिहा हैगा पानी मारना पैना मनेकरां चंगी करनी पैनी ओ अमन हो गए यार लैबी मित्र रीत हो गई तैयार पर हले मेकअप पूरा नहीं होया यार कुड़ी का लगता मैं लैबी मित्र ये नहा धो गया होगी रेडी तो आप लगे नहाँ नहुन तो फिर उन्हें रेडी टवे दस दें तुम अगे की कारवाई हले का ख्याल कम कुम लपेन डे गड्डी गुड़ी साफ कर मैं तनु पता मीह का करके बड़ा मंदा कल कित भी नहीं जाए घर सारी दिहाड़ी अच आप जावे मेले घूमेंगे है ना कंघी होंगी है पर भट्टे पाने वाली लो भी मित्रों ये तो कुड़ी होगी रेडी तो आप लगे हम रेडी लो भई कहते मुंडे नहा धो के हो गए ने रेडी बस नहाते ही हैं कपड़े पाने बाकी ने बई मैं चलो नहा धो के एक शॉट ही लिता जाए ये अपनी राणी सुंदरा पिछे तुम देख सकते सवेरे देखे कि गंदी हुई हूँ देखो चमक रही है ना हले धोती नहीं फिर भी कपड़ा ही फेर हले तो चमक रही हवा चल रही है तुम घुमाने मेले तो रीत तो तैयार हो ही चुकी है हो गए तैयार ये तो होगी तैयार तो मैं बस तुम पता शर्ट पानी पेंट पानी रेडी कड़ी कड़ी लाने नहीं मान बिल्ली मम्मी आया यार चलिए तू रोज ही ना 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 चलिए फिर तेन घड़ी भी नहीं लानी माता देख ला क्यों लो भी मित्रों कहते यार टुनी हो गया
ਤਿਆਰ ਮੇਲੇ ਜਾਣ ਨੂੰ। ਪਰ ਮੇਲੇ ਜਾਣ ਤੋਂ ਆਪਣਾ ਪਲੈਨ ਥੋੜ੍ਹਾ ਜਿਹਾ ਬਣ ਗਿਆ ਚੇਂਜ। ਤੁਹਾਨੂੰ ਪਤਾ ਪਲੈਨਿੰਗ ਤਾਂ ਮੌਕੇ 'ਤੇ ਬਣਦੀ ਆਪਣੀ। ਅਤੇ ਆਪਾਂ ਥੋੜ੍ਹਾ ਜਿਹਾ ਪਹਿਲੇ ਘਰ ਆ ਗਿਆ ਗੈਸਟ, ਪਹਿਲਾਂ ਉਹਨਾਂ ਨੂੰ ਹੈਂਡਲ ਕਰੀਏ। ਭੂਆ ਜੀ ਆਏ ਨੇ ਆਪਣੇ ਦੁਆਲੇ, ਆਪਣੇ ਚਾਚੇ ਘਰ ਇੱਧਰ ਵੀ ਆਉਣ ਲੱਗੇ ਨੇ, ਅਤੇ ਆਪਾਂ ਉਹਨਾਂ ਦੀ ਪਹਿਲਾਂ ਉਹਨਾਂ ਦੀ ਸੇਵਾ ਪਾਣੀ ਕਰੀਏ, ਫਿਰ ਅੱਗੇ ਗਾਹ ਦੀ ਸੋਚਦੇ ਹਾਂ ਜੇ ਜਾਇਆ ਗਿਆ ਜਾਵਾਂਗੇ, ਨਹੀਂ ਤਾਂ ਫਿਰ ਕੈਂਸਲ ਕਰ ਦਾਂਗੇ ਯਾਰ। ਕੋਈ ਚੱਕਰ ਨਹੀਂ। ਤਾਂ ਰੀਤਿੰਦਰ ਕੀ ਕਰ ਰਿਹਾ? ਹਾਂਜੀ ਗੈਸਟਾਂ ਵਾਸਤੇ ਪਕੌੜੇ ਕੱਢਣਾ। ਲੈ ਵੀ ਕਹਿੰਦੇ ਭੂਆ ਜੀ ਆਏ, ਗੈਸਟ ਕੋਈ ਆ ਮੇਰਾ ਫੇਵਰੇਟ ਆ। ਅੱਛਾ ਕਹਿੰਦੇ ਭੂਆ ਦੀ ਲਾਡਲੀ ਹੈ। ਲਓ ਵੀ ਮਿੱਤਰੋ ਇਹ ਤਾਂ ਕੱਢਣ ਲੱਗੀ ਪਕੌੜੇ, ਤਾਂ ਸਾਨੂੰ ਖਾਇ ਨਹੀਂ ਆਉਂਦੇ। ਪਹਿਲਾਂ ਭੂਆ ਲਈ ਅੱਜ ਪਕੌੜੇ ਕੱਢ ਲਏ। ਤੁਹਾਨੂੰ ਪਤਾ ਫਿਰ ਭੂਆ ਲਈ ਤਾਂ ਜਾਨ ਵਿਕਰ ਵਾਰ ਮੇਰੀ ਫੁੱਫੜ ਉੱਤੇ ਭੂਆ ਵਾਤੇ। ਫੁੱਫੜ ਤਾਂ ਆਇਆ ਨਹੀਂ, ਫੁੱਫੜ ਗੁੱਸੇ ਆ ਦੇ ਨਾ। ਮੈਂ ਨਾ ਗੁੱਸੇ ਆ, ਮੈਂ ਜਾਊਂਗਾ। ਚਲੋ ਕੋਈ ਨਹੀਂ, ਜਾਣੇ ਕਿਦਾਂ ਮਾਰਦੇ ਗੇੜਾ, ਮਾਰਨੇ ਪੈਣਾ, ਫਰੀ ਹੋ ਗਈਏ ਬਸ। ਲਓ ਮਿੱਤਰੋ ਮਿਲੇ ਜਾਵਾਂਗੇ ਸ਼ਾਮ ਨੂੰ, ਮਿਲੇ ਆਪਣਾ ਗੈਸਟ ਹੈ। ਹੁਣ ਭੂਆ ਜੀ ਆਏ ਨੇ, ਛੱਡ ਕੇ ਥੋੜ੍ਹਾ ਜਾ ਸਕਦੇ ਹਾਂ? ਚੱਲ ਜਾਂਗੇ। ਉਹ ਕਿੰਨੇ ਵਜੇ ਤੱਕ ਹੁੰਦਾ? ਹਾਂ ਵਾਧੂ ਰਾਤ, ਕੱਲ੍ਹ ਵੀ ਆ, ਅੱਜ ਵੀ ਆ, ਕੋਈ ਨਹੀਂ। ਅਤੇ ਫਿਲਹਾਲ ਮੇਲੇ ਤੋਂ ਪਹਿਲਾਂ ਆਪਾਂ ਹੋਰ ਵੀ ਕਿਤੇ ਜਾਣਾ ਵਾ। ਅਤੇ ਇਹ ਭਾਊ ਤਿਆਰ ਹੋ ਗਿਆ, ਹੋ ਗਿਆ ਤਿਆਰ ਫਿਰ? ਕਾਲੀ ਏਅਰਪੋਰਟ, ਏਅਰਪੋਰਟ ਆ, ਠੀਕ ਆ ਜੀ। ਜਾਣਾ ਹੀ ਪੈਣਾ, ਕੀ ਕਰ ਸਕਦੇ ਹਾਂ। ਲਓ ਮਿੱਤਰੋ ਆਪਾਂ ਵੀ ਰੈਡੀ ਹੋ ਗਏ ਹਾਂ। ਤੈਨੂੰ ਪਤਾ ਜੱਟ ਫਿਰ ਗੰਦੀ ਗੁੰਦੀ ਸ਼ਰਟ ਪਾ ਜਾਂਦਾ, ਥੋੜ੍ਹੇ ਜਿਹੇ ਦਾਗ ਦੂਗ ਲੱਗ ਗਿਆ, ਪਰ ਮਾਇੰਡ ਨਾ ਕਰਿਓ, ਕੋਈ ਨਹੀਂ, ਟੈਨਸ਼ਨ ਨਹੀਂ ਲੈਣੀ, ਥੋੜ੍ਹੇ ਬਹੁਤੀ ਆ, ਜ਼ਿਆਦਾ ਨਹੀਂ। ਚੱਲ ਕੋਈ ਨਹੀਂ, ਇਹ ਆਪਣੀ ਰਾਣੀ ਸੁੰਦਰਾ ਚੈੱਕ ਕਰੋ ਤੁਸੀਂ। ਇੱਕ ਬੰਨੇ ਚਾਹ ਤੇ ਇੱਕ ਬੰਨੇ ਪਕੌੜੇ। ਮੇਲੇ ਦਾ ਪਲੈਨ ਕੈਂਸਲ ਹੋ ਗਿਆ, ਮੈਂ ਮੰਮੀ ਨੇ ਨਹੀਂ ਜਾਣਾ ਤੇ ਅਸੀਂ ਵੀ ਨਹੀਂ ਜਾਣਾ, ਅਸੀਂ ਫਿਰ ਇੱਧਰ ਚੱਲ ਜੇ ਲੱਗੇ ਹੈ ਨਾ। ਮੈਂ ਵੇਖੀ ਭੱਜਦਾ, ਹੋਰ ਕਿੱਥੇ ਜਾਣਾ। ਇਹ ਸਾਡੀ ਭੂਆ ਜੀ ਦੀ, ਦੇਖੋ ਵੀ ਚੈੱਕ ਕਰੋ, ਸੋਹਣੀ ਆ ਨਾ। ਫੁੱਫੜ ਤੇ ਖਾਵਾਂਗੇ, ਫੁੱਫੜ ਨੀ ਆਇਆ ਨਾਲ, ਹਾਂ ਵਿਆਹ ਦੇ ਉਹਨਾਂ, ਮੈਂ ਫ੍ਰੀ ਹੋ ਗਏ ਕਿਸੇ ਦਿਨ। ਹੋਰ ਫਿਰ ਤਾਇਆ ਅੱਜ ਗਿਆ ਨੀ ਕੰਮ ਤੇ? ਅੱਜ ਕੁੰਡੀ ਕੰਡੀ ਫੜੀ ਨੀ ਕਿਸੇ ਦੀ ਗਰੀਬ ਦੀ? ਧੰਦਾ ਕਹਿੰਦਾ ਕੰਮ ਤੇ ਹੀ ਵਧੀਆ ਲੱਗਦਾ ਚਾਚਾ। ਸ਼ਾਬਾਸ਼, ਵੈਰੀ ਗੁੱਡ। ਕਿਉਂ ਧੌਣ ਤਰਾਉਣੀ ਆ? ਅੱਛਾ ਚਿਚੜੀਆਂ, ਚੱਲ ਕੋਈ ਨੀ, ਨਹੀਂ ਪੈਂਦੀਆਂ। ਹਾਂ ਝੂਟਾ ਲੈਣਾ ਵਾ, ਝੂਟਾ ਲੈਣਾ ਵਾ। ਹਾਂ ਵੀ ਕਿੱਥੇ ਆ ਗਏ ਆ ਨਾ, ਤੂੰ ਬੈਟਰੀ ਡੈਡ ਕਰੇਂਗੀ। ਲਾਬੇ ਮਿੱਤਰਾ ਕਹਿੰਦੇ ਮੁੰਡੇ ਕਿੱਥੇ ਆ ਗਏ? ਆਪਣੇ ਘਰ, ਆਪਣੇ ਘਰ। ਤੂੰ ਬੜੀ ਐਨ ਕਰ ਲਈ, ਦਵਾਉਣੇ ਚਾਹ ਚੂ ਤਾਂ ਪੀ ਲਈਏ। ਕੀ ਖਾਣ ਨੂੰ ਲਿਆਂਦਾ? ਸਮੋਸੇ ਸਮੋਸੇ ਕੀ ਲਿਆਂਦਾ? ਸਿੰਪਲ ਬਸ, ਕੀ ਫਾਇਦਾ? ਹਾਂ ਹਾਂ, ਸੇਵਾ ਨੀ ਕਰਦੇ ਤੂੰ ਸਾਡੀ। ਮਰ ਮਰ ਇੱਕ ਹੋਰ। ਹਾਂ ਰੂਪ, ਹਾਂ ਗੱਡੀ ਚਲਾਉਣ ਡਿਆ, ਗੱਡੀ ਟੜਾ ਜੈ ਜੈ। ਹਾਂ 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 ਹਾਂ, ਆਜਾ ਆਜਾ। ਦੇਖ ਲੈਨੇ ਆ ਟਰਾਈ ਕਰਕੇ। ਇਹ ਮਕੈਨਿਕ ਸਾਹਿਬ ਨੇ ਸਲਾਹ ਦਿੱਤੀ ਹੈ, ਕਹਿੰਦੇ ਇੱਧਰ ਆ ਪੁੱਤ, ਮੇਰੇ ਘਰ ਆਉਣੀ ਚਾਹੀਦੀ ਆ। ਐਨੂੰ ਆਇਆ ਐਨੂੰ,
आप शीशे खोल के चलावांगे मुश्किल लग रही दो महीने एक फिर अंप आखना क्योंकि थले थले जगह है डिग्गी खोल के लाया करा गे और बंदा रे माड़ा हौली लागी चाबी एनु करे वाला केड़ी है लग आ ते जांदी नहीं है एरोप्लेन तरफ जा रही है हां यही है लगदी घूमदी कमा देने आ खड़ जाओ आगे ना एडे मणि आवे ला मैं सर वाया टोपी ए चाबी लो खराब है लादा टोपी मेरे को कहां टोपी नाप के ला ये की चाल था इसको क्या हो गया ला भाई किथे चले ये ठीक है अगे खड़ो अगे करो फिर एनू घुमा दो बैग ऑन दो बैग हवा च भी घट है वधिया इदां ही खानी चाहिए आ घर इना प्यार इना ही लागे बह के खाते रोटी बहना नहीं स्कूल ठीक है भी मित्र कहते रोटी तो बगैर नहीं जान दी कुड़ी है लै भाई दसी जाओ कैमरे सामने हस रहे सोहने लगते हो नहीं गद्दी नहीं करके गुआढ़ी करे गलां के टोए मोए मोए हां जी मैडम जी खा लो रोटी या रीत रीत ओना मेनू लगा बैंडी टोन कर ही देनी मेरी तू रोटी खा ले तू खा रोटी खा लो इथे हम लगा लो रोटी इथे आओ हां ये परे करो मामा आयो तू आओ मेरे मासा तू आओ जा चल मेनू समझ नहीं आंदी मैं किधर किधर हूं लो मित्रों रोटी खाइए फिर करते हैं तेरे करदा डंडी डुंडी ना वड़ दे लो ओए वधिया हमने इदां दा लाइए वाल जेड़े यार ओदे को डंडे आ ओए चला ए एदी जत जी लमौनी पेंदी है ना एदे वास्ते हुंदे लाइन नहीं इदां दे वेख हां ला भाई मित्रा आदू पिस्टल मेले तो जाए नहीं गए यार सुबह जाएंगे सुबह किस बात के भाई मार मुझे नहीं मारेंगे यार सुबह जाएंगे लो मित्रों गल इदा हुई ਅਹੀਂ ਤਾਂ ਜਾਣਾ ਸੀ ਮੇਲੇ ਮੇਲੇ ਦਾ ਕੈਂਸਲ ਤੇ ਆਪਾਂ ਗਏ ਦੀਦੀ ਕੋ ਦੀਦੀ ਕੋ ਗਏ ਭੂਆ ਦੀ ਭੂਆ ਦੀ ਆਏ ਸੀ ਭੂਆ ਜੀ ਨੇ ਬੁਲਾ ਲਿਆ ਤੇ ਭੂਆ ਜੀ ਕਹਿੰਦੀ ਮੇਰੇ ਕਹਿੰਦਾ ਜਾਣਾ ਦੀਦੀ ਕੋ ਤੇ ਦੀਦੀ ਕੋ ਚੱਲ ਗਏ ਆਪਾਂ ਫਿਰ ਮੇਲੇ ਦਾ ਕਰਤਾ ਕੈਂਸਲ ਤੇ ਮੇਲੇ ਜਾਵਾਂਗੇ ਕੱਲ ਯਾ ਤੇ ਜਾਣਗੇ ਜ਼ਰੂਰ ਤੇ ਬਲੌਗ ਕਿੰਨਾ ਬਣਾਉਣੇ ਹਾਂ ਟਾਟਾ ਕਰਕੇ ਆ ਜੇ ਤੁਸੀਂ ਚਲਾਓਗੇ ਚਲੂ ਗਏ ਹਾਂ ਜੀ ਤੇ ਚਲੋ ਰੋਟੀ ਪਾਣੀ ਕਰਨ ਲੱਗੇ ਹੁਣ ਆਪਾਂ ਦੇਖਦੇ ਆ ਮੈਂ ਪਹਿਲਾਂ ਟੀਵੀ ਬੰਦ ਕਰਾਂ ਯਾਰ
ਟੀਵੀ ਕੋਈ ਦੇਖ ਨਹੀਂ ਰਿਹਾ ਐਵੇਂ ਚੱਲਦਾ ਤੇ ਆਪਾਂ ਬਰੂਨੋ ਨੂੰ ਛੱਡ ਆਏ ਅੱਜ ਦੀਦੀ ਕੋ ਉਹ ਹੁਣ ਉੱਥੇ ਰਹੂਗਾ ਉਹਨਾਂ ਕੋਲ ਲੈਂਦਾ ਉਹਨਾਂ ਕੋਲ ਛੱਡ ਆਏ ਆਪਾਂ ਅਤੇ ਬਾਕੀ ਦੀ ਗੱਲ ਮੈਂ ਤੁਹਾਨੂੰ ਬਾਹਰ ਜਾ ਕੇ ਦੱਸਦਾ ਆਪਣੀ ਰਾਣੀ ਸੁੰਦਰ ਇੱਥੇ ਲੱਗੀ ਹੋਈ ਆ ਅਤੇ ਦੂਜੀ ਘਰੇ ਨਹੀਂ ਹੈਗੀ ਉਹ ਆਪਣੇ ਗਿਆ ਹੋਇਆ ਹਾਂਜੀ ਜਾਦੂ ਕਹਾਂ ਸੇ ਆਇਆ ਹੈ ਜਾਦੂ ਅੰਦਰ ਸੇ ਆਇਆ ਜਾਦੂ ਕਿੱਥੇ ਪੁਆਲ ਮੈਨੂੰ ਪੁਆਲ ਨਾਲ ਗੱਲਾਂ ਕਰਨੀਆਂ ਬੜੀਆਂ ਚੰਗੀਆਂ ਲੱਗਦੀਆਂ ਅੱਛਾ ਜੀ ਪੂਆ ਤੇਰੀ ਫੇਵਰੇਟ ਆ ਮੇਰਾ ਫੇਵਰੇਟ ਜਾਦੂ ਜਿਹੜਾ ਕੋਈ ਪਿਆਰ ਕਰਦਾ ਫੇਵਰੇਟ ਹੀ ਹੁੰਦਾ ਚਲੋ ਵਧੀਆ ਗੱਲ ਆ ਨੀਂਦ ਆਉਣ ਡੀ ਹੈ ਕੁੜੀ ਨੂੰ ਬਿਮਾਰ ਹੋ ਗਈ ਹੈ ਨਾ ਮੈਂ ਤਾਂ ਇੱਕ ਮਿਲ ਲਿਆ ਮੈਂ ਫੇਲ ਮੈਂ ਪੈ ਜਾਊਂਗਾ ਅੱਛਾ ਠੀਕ ਆ ਜੀ ਦਰਵਾਜ਼ਾ ਬੰਦ ਕਰੋ ਨਾ ਦਰਵਾਜ਼ਾ ਬੰਦ ਕਰਿਆ ਸਵੇਰੇ ਖਲਾਰਾ ਖਲੂਰਾ ਮੈਂ ਸਾਰਾ ਚੱਕ ਦੇਣਾ ਦੇਖੀ ਸਾਫ਼ ਕਰ ਦੇਣਾ ਇਹਨੂੰ ਆ ਜਾ ਜਾਦੂ ਹਾਂਜੀ ਚਲੋ ਆ ਜਾ ਹਾਂਜੀ ਲੱਤ ਗਈਆਂ ਰੋਟੀਆਂ ਨਾ ਲਾਉਣ ਲਿਆ ਅੱਛਾ ਲੈ ਮਿੱਤਰਾ ਰੋਟੀ ਲੋ ਭਈ ਰੋਟੀ ਖਾਏਂਗੇ ਹਮ ਤੋ ਖਾਣੀ ਮੈਨੂੰ ਨਹੀਂ ਅੱਜ ਬਰੂਨੋ ਨੂੰ ਮਿਸ ਕਰਦੀ ਪਈ ਗੱਲ ਬਾਤ ਕੀ ਆ ਬਸ ਰੋਟੀ ਰੋਟੀ ਖਾ ਕੇ ਕਰਦੇ ਆ ਬਲੌਗ ਦਾ ਐਂਡ ਆਪਣੇ ਗੈਸਟ ਆ ਗਏ ਘਰੇ ਇਸ ਕਰਕੇ ਬਲੌਗ ਯਾਰ ਆਪਣਾ ਕੰਟੀਨਿਊ ਹੋਇਆ ਨਹੀਂ ਅਤੇ ਗੈਸਟ ਆਉਣ ਦਾ ਕਰਕੇ ਆਪਾਂ ਚੱਲ ਕੇ ਫਿਰ ਆਪਣੀ ਦੀਦੀ ਕੋਲ ਅਤੇ ਗੱਡੀ ਬੈਜ ਬੂਸ ਰੱਖ ਲਈ ਸਗੋਂ ਉੱਥੇ ਪਏ ਸੀ ਦੀਦੀ ਦੀ ਦੀਦੀ ਉਹਨਾਂ ਟਰੈਕਟਰ ਦਾ ਪਿਆ ਸੀ ਬੈਜ ਬੂਸ ਲਾਈ ਉਹਨਾਂ ਨੇ ਚਲੋ ਮੈਂ ਮਰੂਤੀ ਦੇ ਉਹੀ ਲਵਾ ਲਈ ਜਿਹੜੇ ਰੱਖੀ ਆ ਬਸ ਲਵਾਈ ਲਵਾਈ ਕਿੱਥੇ ਹਾਲੇ ਚਾਲੂ ਨਹੀਂ ਕਰਾਈ ਕਹਿੰਦੀ ਹਨੇਰਾ ਬਹੁਤ ਹੋ ਗਿਆ ਕੰਮ ਕਾਰ 'ਚ ਥੋੜ੍ਹਾ ਉਹ ਵੀ ਚੱਲ ਗਏ ਕਿਤੇ ਕੰਮ ਇਸ ਕਰਕੇ ਅਤੇ ਬਾਕੀ ਕੋਈ ਨਹੀਂ ਆ ਲਾਉਂਦੇ ਹਾਂ ਗੱਲਬਾਤ ਬਣਾਉਂਦੇ ਹਾਂ ਫਿਰ ਮਰੂਤੀ ਨੂੰ ਵੀ ਤਿਆਰ ਕਰਾਉਂਦੇ ਹਾਂ ਆਪਾਂ ਇਹ ਦੱਸਦੇ ਹਾਂ ਕੋਈ ਗੱਲਬਾਤ ਤੁਹਾਨੂੰ ਹੈ ਨਾ ਮੈਂ ਮਰੂਤੀ ਦੇ ਐਂ ਤਿਆਰ ਤਿਉਰ ਕਰਾਵਾਂਗੇ ਚੰਗੀ ਤਰ੍ਹਾਂ ਬੇਸ ਬੂਸ ਬਣਾ ਕੇ ਫਿਰ ਘੈਂਟ ਲੱਗਣੀ ਹੈ ਨਾ ਹਲੇ ਉਹ ਆ ਤਾਂ ਗਈ ਆ ਬੇਸ ਬਸ ਉਹਦੀ ਨਾ ਹੁਣ ਤਿਆਰੀ ਹੋਣੀ ਥੋੜ੍ਹੀ ਜਿਹੀ ਤਾਰ ਵਗੈਰਾ ਜੀ ਪਊਗੀ ਅਤੇ ਫਿਰ ਗੋਲ ਗੋਲ ਰੋਟੀਆਂ ਕੀ ਕਹਿੰਦੇ ਹੁੰਦੇ ਸੀ ਕੱਚੀ ਪੱਕੀ ਰੋਟੀਆਂ ਨੂੰ ਵੇਲਾ ਟੋਕਦਾ ਨਾ ਉਹ ਆਇਆ ਵੇਲਾ ਥੱਲੇ ਠਾਹ ਕਰਦਾ ਹੈ ਸਾਫ਼ ਕਰ ਲਈ ਹੁਣ ਡਿੱਗ ਗਿਆ ਤੇਰੀ ਕੱਚੀ ਪੱਕੀ ਰੋਟੀਆਂ ਨੂੰ ਮਿੱਟੀ ਗਏ ਨੀ ਮਾਂ ਤੇਰੀ ਰੋਕਿਆ ਕਰੂ ਤੇਰੀ ਮਿੱਟੀਆਂ ਰੋਟੀਆਂ ਨੂੰ ਮਿੱਟੀ ਗਏ ਇੱਥੇ ਰੀਲ ਬਣਾਈ ਚੱਲ ਚੱਲ ਫਿਰ ਵੀ ਇੱਕ ਰੀਲ ਬਣਾਉਂਦੇ ਹਾਂ ਘੈਂਟ ਜੀ ਹੈ ਨਾ ਕਿੱਦਾਂ ਹੀ ਕਹਿਣਾ ਤੇਰੀ ਟੇਢੀ ਮੇਟੀ ਰੋਟੀਆਂ ਨੂੰ ਮਿੱਠੀ ਕੱਚੀ ਪੱਕੀ ਰੋਟੀਆਂ ਨੂੰ ਮਿੱਠੀ ਇਹ ਨੀ ਮਾਂ ਮੇਰੀ ਟੋਕਿਆ ਕਰੂਗੀ ਸਹੀ ਹੈ ਨਾ ਕਹਿਣਾ ਹਾਂਜੀ ਚੱਲ ਮੈਂ ਬਣਾਉਂਦਾ ਬੇ ਮਿੱਤਰਾ ਮੁੰਡਾ ਕੀ ਕਰਨ ਡਿਆ ਈ ਮੈਂ ਚੱਲ ਦਹੀਂ ਸਵਾਦ ਲੱਗੂਗਾ ਮਾੜਾ ਜਿਹਾ ਚੀਰ ਕੇ ਪਾ ਲਈਏ ਪਿਆਜ਼ ਚੀਰ ਕੇ ਕੀ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਬਈ ਕੀ ਗੱਲ ਬਾਤ ਆ ਬਈ ਲੈ ਬਈ ਜੇ ਸਵਾਦ ਲਾਉਣੇ ਆ ਤਾਂ ਕਰਨਾ ਹੀ ਪੈਣਾ ਅੱਛਾ ਜੀ ਤੇਰੇ ਵਾਲ ਬੜੇ ਘੈਂਟ ਆ
ਸਹੀ ਗੱਲ ਆ ਇਹੀ ਰਮ ਚਾ ਕਰ ਲੈ ਕੀ ਆ ਕੁਛ ਨਹੀਂ ਮਜ਼ਾਕ ਆਂਦੀ ਮੈਨੂੰ ਲੱਗਾ ਮੈਨੂੰ ਸੱਚੀ ਸੋਹਣੀ ਆ ਬਈ ਕਦੋਂ ਕਦੋਂ ਕਰ ਕੰਮ ਕਰੋ ਤੁਸੀਂ ਕੰਮ ਤਾਂ ਮੈਂ ਕਰਦਾ ਹੀ ਨਾ ਰੋਟੀ ਗਾਇਸ ਖਾਣ ਲੱਗੀ ਆਪਾਂ ਠੀਕ ਹੈ ਤੇ ਮੈਂ ਕਿਹਾ ਮਰੀ ਦਹੀਂ ਸਵਾਦ ਕਰ ਲਈਏ ਮੈਂ ਕਿਹਾ ਤੂੰ ਨਹੀਂ ਕਿਹਾ ਠੀਕ ਹੈ ਤੇ ਮੈਂ ਟਮਾਟਰ ਰੱਖਿਆ ਬਰੀਕ ਬਰੀਕ ਕੱਟ ਕੇ ਆਪਾਂ ਟਮਾਟਰ ਵੀ ਥੋੜਾ ਜਿਹਾ ਐਡ ਕਰਾਂਗੇ ਵਿੱਚ ਤੇ ਪਿਆਜ਼ ਨਹੀਂ ਨਹੀਂ ਉਹਨਾਂ ਨੇ ਦਹੀਂ ਦੇਖੀ ਨਹੀਂ ਨਹੀਂ ਦੇਖੀ ਤਾਂ ਹੈਗੀ ਤੁਸੀਂ ਪਰ ਜਿਹੜੇ ਜਿਹੜੇ ਖਾਂਦੇ ਕਮੈਂਟ ਕਰਕੇ ਜ਼ਰੂਰ ਦੱਸੋ ਗਾਇਸ ਜੇ 500 ਦਾ ਨੋਟ ਕਹਿੰਦਾ ਹਮਨੇ ਤਾਂ ਦੇਖਿਆ ਹੀ ਨਹੀਂ ਵੀ ਜਿਹੜੇ ਜਿਹੜੇ ਇਦਾਂ ਕਰਕੇ ਦਹੀਂ ਖਾਂਦੇ ਆ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਤੇ ਸੰਪਰਕ ਕਰਿਓ ਸੰਪਰਕ ਕਰਿਓ ਦਹੀਂ ਖਾਣ ਲਈ ਮਠਾਇਆ ਨਹੀਂ ਉਹ ਤੈਨੂੰ ਕਦੇ ਸੁੱਤੀ ਨੂੰ ਠਾਇਆ ਨਹੀਂ ਤੂੰ ਮੋਢੇ ਉੱਤੇ ਸੁੱਤੀ ਨੂੰ ਕਦੇ ਇੰਨਾ ਪਿਆਰ ਕਰਦਾ ਤੈਨੂੰ ਮੈਂ ਬਰੀਕ ਬੀਕ ਟੈਨਸ਼ਨ ਨਾ ਲੈ ਜੱਟੀਏ ਬਸ ਤੇਰਾ ਬਰੀਕ ਬਰੀਕ ਹੀ ਕੱਟੂਗਾ ਦੇਖੋ ਕਿਆ ਹਾਲ ਬਣਾਇਆ ਇਹਨਾਂ ਨੇ ਥੋੜ੍ਹਾ ਜਿਹਾ ਕੱਟਿਓ ਬਸ ਮੈਨੂੰ ਜ਼ਿਆਦਾ ਨਹੀਂ ਸਵਾਦ ਲੱਗਦਾ ਬਸ ਇੱਕ ਹੋਰ ਚੀਜ਼ ਲੈਂਦੇ ਬਸ ਠੀਕ ਹੈ ਇੱਕ ਬਾਈਟ ਹੋਰ ਬਾਈਟ ਹੋਰ ਯਾਰ ਰਸ ਜਿਹਾ ਬਹੁਤ ਨਿਕਲ ਆਉਂਦਾ ਇਹ ਚੋਂ ਇਹ ਤਾਂ ਪੰਗਾ ਤਾਂ ਇਹਨੂੰ ਵੀ ਚੀਰ ਦੇ ਤੇ ਤਾਂ ਉਹ ਗਰੀ ਮੈਨੂੰ ਡਾਇਆ ਨਾ ਸ਼ਾਬਾਸ਼ ਕੁੜੀਏ ਲੋ ਭਈ ਖਾਓ ਰੋਟੀ ਪਾਣੀ ਮਿਰਚ ਵੀ ਰਹਿਣ ਦੇ ਯਾਰ ਮਾਰਨਾ ਹੀ ਨਹੀਂ ਮਿਰਚ ਇੱਕ ਹੀ ਆ ਬਰੀਕ ਜੀ ਤਾਂ ਹੈਗੀ ਆ ਬਰੀਕ ਬਰੀਕ ਕਰਕੇ ਕਰਿਓ ਜਿਹੜੀ ਮੂੰਹ 'ਚ ਆਵੇ भाई अच्छे हो मुझे भी देख लो मैं अच्छी हूँ गाइस मैंने फ़ोन दूसरी तरह पकड़ा था ठीक है तो मुझसे संभाला नहीं गया तो अब बताएं मेरी शक्ल कैसी लग रही है बहुत बढ़िया लग रही क्या है क्या हूँ ना मैं मुझे बस अब ठीक नहीं हूँ मैं मुझे फीवर हो गया लगता है क्योंकि हवा में गए थे हम ठीक है इन्होंने अपना काम कर लिया है बस खा पी के अब सो जाएंगे हम व्लॉग का एंड कर देंगे अब यहीं पे हमारे व्लॉग का होता है अभी नहीं करेंगे अभी कोई जरूरी बात करनी है लोगों से क्या करना है कोई बात करनी है तुम लोगों से ठीक है अपना हो गया रेडी जो अपनी पनीर वाली सब्जी पनीर पे बिच चल अभी मित्रों ਬਾਕੀ ਸੇਵਾ ਮੈਂ ਨਵਾ ਲੈਣਾ ਥੋੜ੍ਹੀ ਥੱਕ ਜੂਗੀ ਐਵੇਂ ਮੈਂ ਦੇਖੋ ਵੀ ਰੋਟੀ ਖਾਣ ਲੱਗੇ ਆਪਾਂ ਅਤੇ ਰੋਟੀ ਖਾ ਕੇ ਤੁਹਾਡੇ ਨਾਲ ਕਰਦੇ ਹਾਂ ਅਗਲੀ ਕਾਰਵਾਈ ਲਓ ਵੀ ਮਿੱਤਰੋ ਅੱਜ ਦਾ ਵਲੋਗ ਆਪਣਾ ਇੰਨਾ ਹੀ ਆ ਤੁਹਾਨੂੰ ਪਤਾ ਜੀ ਆਪਾਂ ਜਾਣਾ ਤਾਂ ਬਹੁਤ ਜਗ੍ਹਾ ਸੀ ਪਰ ਜਾਇਆ ਕਿਤੇ ਨਹੀਂ ਗਿਆ ਅਤੇ ਲਓ ਕੋਈ ਨਹੀਂ ਇਸੇ ਵਲੋਗ ਨੂੰ ਕਰੋ ਲਾਈਕ ਕਮੈਂਟ ਸ਼ੇਅਰ ਦੱਬ ਕੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਰਾਏ ਰੂਏ ਦੱਸ ਦਿਆ ਕਰੋ ਵਲੋਗ ਕਿਵੇਂ ਦਾ ਲੱਗਦਾ ਅਤੇ ਬਾਕੀ ਮੇਰੇ ਭਰਾ ਬਹੁਤ ਨਵੇਂ ਜੁੜ ਰਹੇ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਜੋ ਵੀ ਹੁੰਦਾ ਕਰ ਲਿਆ ਕਰੋ ਮੇਰਾ ਭਰਾ ਅਤੇ ਬਾਕੀ ਕੋਈ ਊਚ ਨੀਕ ਮਤਲਬ ਕਿ ਕੋਈ ਗਲਤੀ ਮਲਤੀ ਹੋ ਜਾਂਦੀ ਤਾਂ ਸਾਨੂੰ ਮਾਫ਼ ਕਰਿਓ ਬਾਕੀ ਚੜ੍ਹਦੀ ਕਲਾਸ ਰਿਓ ਸਾਰੇ ਯਾਰ